लॉरेंस बिश्नोई दी तां भाई तू इंटरव्यू करवा सकदा। लॉरेंस बिश्नोई नूं भगवंत मान तू आला फैसिलिटियां दे सकदा। लॉरेंस बिश्नोई नूं जो उहने खाणा जो उहने पीणा जिहड़ी जी उह सहूलत पालदा उह छड्डो, स्मार्टफोन छड्डो, उह जिहदी मर्जी कॉन्ट्रैक्ट किलिंग आपदी फरौती लै सकदा ते जिहड़ा कौम खातर लड़दा होवे उहनूं असीं मिल नहीं सकदे। ये मापदंड ने। तुसी गल करदे सी मुख्तियार अंसारी दी, भावें उह कांग्रेस वेले बंद सी, रौला तां इहनां दा वजीर पाउंदा सी कि असीं जनतक करांगे इनक्वायरी। की होया उस इनक्वायरी दा? क्यों तुसी इह जे जिहड़े सेंसिटिव मुद्दे ते आपदी पॉलिटिक्स करदे हो? दिल्ली च एक मीटिंग नहीं, दिल्ली दी चीफ मिनिस्टर साहब दियां 10 मीटिंग हो गईयां, मगर दविंदर भुल्लर साहब नूं, दविंदर पाल भुल्लर जी नूं ਇਹ ਉਹਨਾਂ ਦੀ ਰਿਹਾਈ ਤੇ ਸਾਈਨ ਕਰਦੇ ਹੀ ਨਹੀਂ। ਉਹਨਾਂ ਦੀ ਜਿਹੜੀ ਉਹ ਸਜ਼ਾ ਨੂੰ ਕਿ ਇਹ ਰਿਹਾ ਹੋ ਜਾਣ, ਸਾਨੂੰ ਇਹਦੇ 'ਚ ਕੋਈ ਪ੍ਰੋਬਲਮ ਨਹੀਂ, ਉਹ ਮੀਟਿੰਗ ਨਹੀਂ ਹੋਣ ਦਿੰਦੇ। ਅੱਜ ਜੇ ਅਸੀਂ ਮੁਲਾਕਾਤ 'ਤੇ ਆਏ ਹਾਂ ਅਤੇ ਜੇ ਉਹਨਾਂ ਨੂੰ ਅਸੀਂ ਮਨਾਉਣ 'ਚ ਇਸ ਗੱਲ 'ਚ ਕਾਮਯਾਬ ਹੁੰਦੇ ਹਾਂ ਅਤੇ ਉਹ ਇਹਦੇ 'ਚ ਫਾਇਦਾ ਸਰਕਾਰ ਨੂੰ ਹੋਊਗਾ ਕਿ ਕਿਸੇ ਹੋਰ ਨੂੰ ਹੋਊਗਾ? ਅਤੇ ਜੇ ਉਹਨਾਂ ਦੀ ਸਿਹਤ ਵਿਗੜਦੀ ਹੈ ਤੇ ਭਾਈ ਸਾਹਿਬ ਫਿਰ ਇਹਦੇ ਲਈ ਜ਼ਿੰਮੇਵਾਰ ਸਿੱਧਾ ਭਗਵੰਤ ਮਾਨ ਹੈ ਜਿਹਨੇ ਸਾਡੀ ਅੱਜ ਇਹ ਸਾਨੂੰ ਇੱਥੇ ਰਕਾਇਆ। ਔਰ ਵੇਖੋ ਬੁਸ਼ਦਿਲੀ ਵੇਖੋ, ਕਮਜ਼ੋਰੀ ਵੇਖੋ, ਉਹ ਜਿਹੜੇ ਗਿੱਲ ਸਾਹਿਬ ਆਏ ਸੀ ਗੱਲ ਕਰਨ ਉਹਨਾਂ ਦਾ ਤੌਰ ਤਰੀਕਾ ਹੀ ਵੇਖ ਲਓ ਗੱਲ ਕਰਨ ਦਾ, ਇਹੋ ਜਿਹਾ ਸੀ। ਫੋਨ ਆਈ ਜਾਂਦੇ ਸੀ ਮੈਨੂੰ ਲੱਗਦਾ ਮੁੱਖ ਮੰਤਰੀ ਦੇ ਵਿੱਚੋਂ ਕਿ ਬਸ ਤੂੰ ਕਹਿਤਾ ਜੋ ਕਹਿਣਾ ਮੁੜਿਆ। ਮੈਂ ਉਹਨੂੰ ਆਖਿਆ, ਮੈਂ ਭਾਈ ਤੈਨੂੰ ਫੋਨ ਸੁਣਨ ਦੀ ਕੀ ਕਾਲੀ ਹੈ, ਤੂੰ ਸਾਡੇ ਨਾਲ ਗੱਲ ਕਰ ਲੈ ਜੇ ਸਾਨੂੰ ਕੁਛ ਦੱਸਣ ਵਾਸਤੇ ਆਇਆ। ਇਸ ਤਰੀਕੇ ਦਾ ਜੋ ਰਵੱਈਆ ਐਟੀਟਿਊਡ ਅਡਾਪਟ ਕੀਤਾ ਗਿਆ ਇਹ ਮੈਂ ਇਹ ਸਮਝਦਾ ਹੈ ਦਿਸ ਇਜ਼ ਹਾਈਲੀ ਕੰਡੈਮਬਲ, ਨਿੰਦਣਯੋਗ ਹੈ। ਔਰ ਅੱਜ ਜੇ ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਕੁਛ ਵੀ ਹੋਇਆ ਉਹਦਾ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਐਂਡ ਕੇਜਰੀਵਾਲ ਨੇ।